ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਂਦੀਪਕ ਸੈਣੀ ਫਰੋਮ ਧੂਰੀ ਤੋਂ ਵੈਲਕਮ ਟੂ ਮਾਈ ਨਦਰ ਵਲੋਗ। ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ, ਮੈਂ ਵੀ ਘੈਂਟ ਹਾਂ। ਅਤੇ ਹੁਣੇ ਹੁਣੇ ਆਪਾਂ ਉੱਠ ਚੁੱਕੇ ਸੀ ਅਤੇ ਰਾਤ ਨੂੰ ਮੈਨੂੰ ਵਲੋਗ ਐਡਿਟ ਕਰਦੇ ਕਰਦੇ ਨੀਂਦ ਆ ਗਈ। ਦੇਖੋ ਪਤਾ ਨਹੀਂ ਲੱਗਿਆ ਕਦੋਂ ਨੀਂਦ ਆ ਗਈ, ਸਾਰਾ ਸਮਾਨ ਖਿੰਡਿਆ ਪਿਆ ਐਵੀਂ। ਅਤੇ ਪਹਿਲਾਂ ਆਪਾਂ ਨਹਾਵਾਂਗੇ, ਮਸਤ ਪਲਾਨ ਨਹਾ ਕੇ ਫਿਰ ਕਰਾਂਗੇ ਬ੍ਰੇਕਫਾਸਟ, ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਹਾਂਜੀ ਲਓ ਜੀ ਆਪਾਂ ਚੁੱਕਿਆ ਨਾ, ਤੇ ਹੈਗਾ ਉਹ ਵਾਲਾ ਕੋਟ ਜਿਹੜਾ ਮੈਨੂੰ ਲੁਧਿਆਣੇ ਜਾਣ ਵੇਲੇ ਲੱਭਿਆ ਨਹੀਂ ਸੀ। ਮਾਲੂਮ ਹੈ ਤੇਰੇ ਬਾਪ ਕੋ ਮਾ ਸੀਗਾ, ਚੱਲ ਦੇਖੋ ਹੈਗਾ ਨਾ ਰੰਗ ਕੱਬਾ, ਹੈਗਾ ਨਾ ਰੰਗ ਕੱਬਾ ਕੋਟ ਦਾ। ਦੇਖੋ ਇਹ ਬੜੀ ਅੱਛੀ ਬਾਤ ਕਹੀ ਆ, ਠੀਕ ਹੈ। ਤੇ ਹੁਣ ਆਪਾਂ ਚੱਲਦੇ ਹਾਂ ਗਲੰਡਰ ਲੈਣ, ਆਪਾਂ ਕੱਢਣਾ ਘਿਓ। ਅੱਛਾ ਹਮਕੋ ਸਿਖਾ ਰਹੀ ਆ, ਚਲੋ ਚੱਲੀਏ ਗਲੰਡਰ ਚੱਕ ਲਈਏ। ਆਪਾਂ ਲਿਆਏ ਗਲੰਡਰ ਤੇ ਹੁਣ ਆਪਾਂ ਕੱਢਾਂਗੇ ਘਿਓ ਪਹੁੰਚ ਕੇ ਘਰੇ। ਲੈ ਗਲੰਡਰ ਅੰਦਰ ਵੜ ਜਾ। ਅਰੇ ਕਹਿਣਾ ਕਿਆ ਚਾਹਤੇ ਹੋ ਜੀ? ਹਾਂ ਸੀ ਆਪਣਾ ਫੋਨ ਅਤੇ ਆਹ ਹੁਣ ਆਪਣੇ ਰਾਤ ਦਾ ਬੰਦ ਹੀ ਕੀਤਾ ਹੋਇਆ ਸੀ, ਕਿਉਂਕਿ ਸਨੀ ਨੇ ਗਿਆ ਸੀ ਬੰਦ ਕਰਕੇ ਧਰਦੇ ਸਵੇਰੇ ਔਨ ਕਰੀ 10-11 ਵਜੇ, ਫਿਰ ਸਿਮ ਚੱਲੂਗਾ। ਹੁਣ ਆਪਾਂ ਇਹਨੂੰ ਕਰਦੇ ਹਾਂ ਔਨ, ਅਤੇ ਮੈਂ ਤੁਹਾਨੂੰ ਦੱਸਿਆ ਸੀ ਇਹ ਮੋਬਾਈਲ ਹੈਗਾ ਬਾਹਰਲਾ ਕਨੇਡਾ ਦਾ, ਇਹਨੂੰ ਔਨ ਕਰਨਾ ਬੜਾ ਔਖਾ ਹੁੰਦਾ। ਤੁਹਾਨੂੰ ਦਿਖਾਉਂਦਾ ਮੈਂ ਕਿੱਦਾਂ ਔਨ ਹੋਊਗਾ। ਇਹ ਹੈਗਾ ਇਹਦਾ ਬਟਨ, ਜੇ ਤੁਹਾਨੂੰ ਦਿਖਦਾ ਹੋਣਾ ਅਸੀਂ ਇਹਦਾ ਬਟਨ ਦੇਖੋ, ਹੁਣ ਇਹ ਹੋਊਗਾ ਔਨ। ਦੇਖੀ ਜਾਇਓ ਧਿਆਨ ਰੱਖਿਓ, ਹੋਇਆ ਦੇਖੋ ਤਾਲੀਆਂ। ਇਹਦਾ ਪਾਸਵਰਡ ਲਓ ਜੀ, ਖੋਲਤਾ ਪਾਸਵਰਡ ਅਤੇ ਹੁਣ ਆਪਾਂ ਦੇਖਦੇ ਹਾਂ ਟਾਵਰ ਆਉਂਦੇ ਨੇ ਕਿ ਨਹੀਂ। ਲਓ ਜੀ ਆ ਗਏ ਏਅਰਟੈੱਲ ਦੇ ਟਾਵਰ, ਜੀਓ ਵੀ ਆ ਗਿਆ ਅਤੇ ਏਅਰਟੈੱਲ ਵੀ ਆ ਗਿਆ। ਮਜ਼ੇ ਇਤਨੀ ਖੁਸ਼ੀ ਮੇਰੇ ਕੋ ਅਬ ਤੋਂ ਨਾਚੂੰਗਾ ਰੇ। ਮਿਊਜ਼ਿਕ ਚਲੋ ਜੀ ਇਹ ਵੀ ਹੋ ਗਿਆ ਸਕਸੈਸਫੁੱਲ, ਕਿਉਂਕਿ ਉਹ ਸਿਮ ਤਾਂ ਬੰਦ ਕਰਤਾ, ਉਹਨੂੰ ਹੋ ਗਏ ਸੀ 8 ਸਾਲ। ਸੋ ਆਪਣੇ ਮੋਬਾਈਲ 'ਚ ਇੱਕ ਪ੍ਰੋਬਲਮ ਹੋਰ ਹੋ ਗਈ, ਇੱਕ ਪ੍ਰੋਬਲਮ ਹੋਰ ਹੋ ਗਈ ਯਾਰ। ਕੋਈ ਵੀ ਕਿਸੇ ਨੂੰ ਵੀ ਮੈਸੇਜ ਨਹੀਂ ਸੈਂਡ ਹੋ ਰਿਹਾ ਹੈਗਾ, ਪਤਾ ਨਹੀਂ ਕੀ ਹੋ ਗਿਆ। ਇੱਕ ਪ੍ਰੋਬਲਮ ਖਤਮ ਹੋਈ, ਦੂਜੀ ਪ੍ਰੋਬਲਮ ਫੇਰ ਸ਼ੁਰੂ ਹੋ ਗਈ ਯਾਰ। ਐਵੇਂ ਦੁਖੀ ਕਰ ਰੱਖਿਆ ਦੱਸ, ਹੁਣ ਕਸਟਮਰ ਕੇਅਰ ਵਾਲਿਆਂ ਨੂੰ ਪੁੱਛਦੇ ਹਾਂ। ਅੱਛਾ ਠੀਕ ਹੈ, ਜੇਕਰ ਤੁਸੀਂ ਇੰਟਰਨੈਟ ਸੇਵਾ ਇਸਤੇਮਾਲ ਨਹੀਂ ਕਰ ਪਾ ਰਹੇ ਹੋ 1 ਦਬਾਓ, ਜੇਕਰ ਤੁਸੀਂ ਕਾਲ ਕਰਨ ਜਾਂ ਪ੍ਰਾਪਤ ਕਰਨ ਵਿੱਚ ਅਸਮਰਥ ਹੋ 2 ਦਬਾਓ, SMS ਨਾਲ ਜੁੜੀ ਸਮੱਸਿਆ ਲਈ 3 ਦਬਾਓ। ਕਿਉਂਕਿ ਤੁਸੀਂ ਆਪਣਾ ਸਿਮ ਕਾਰਡ ਬਦਲਿਆ ਹੈ, ਇਸ ਲਈ ਤੁਹਾਡੇ ਮੋਬਾਈਲ ਤੇ ਇਨਕਮਿੰਗ ਅਤੇ ਆਊਟਗੋਇੰਗ SMS ਸੇਵਾ 16 January 2023 ਦੁਪਹਿਰੀ 3:28 IVR ਪਰ ਆਪਣਾ ਫੀਡਬੈਕ ਦੇਣੇ ਕੇ ਲਿਏ ਸਟਾਰ ਦਬਾਓ, ਪਿਛਲੀ ਸੂਚੀ ਦੇ ਲਈ 7 ਦਬਾਓ, ਮੁੱਖ ਸੂਚੀ ਦੇ ਲਈ 8 ਦਬਾਓ। ਕੇਅਰ ਸਰਵਿਸ ਸਪੈਸ਼ਲਿਸਟ ਨੂੰ ਟ੍ਰਾਂਸਫਰ ਕਰ ਰਹੇ ਹਾਂ, ਇਹ ਕਾਲ ਸਰਵਿਸ ਕੁਆਲਿਟੀ ਜਾਂਚ ਲਈ ਰਿਕਾਰਡ ਕੀਤੀ ਜਾ ਸਕਦੀ ਹੈ। ਨਮਸਕਾਰ ਏਅਰਟੈੱਲ ਮੈਮ ਕਾ ਸਵਾਗਤ ਹੈ, ਮੈਂ ਉਮੰਗ ਕੀ ਕਿਆ ਸਹਾਇਤਾ ਕਰ ਸਕਤੀ ਹੂੰ? मैम मैंने ना कल सिम चेंज किया था जी सर, तो मैम अभी मेरे को ना तो कॉल आ रही है और ना ही SMS जा रहे हैं। जी सर बताना चाहूंगी कि सर जो भी आपने डुप्लीकेट सिम निकलवाई है ना सर, हाँ जी जी सर, उसके लिए सर आपकी जो भी SMS सुविधा है ना सर, वो 24 घंटों के लिए सर बंद की जाती है, ताकि सर आपका जो भी कोई यूज ना करे सर, गलत यूज ना कर सके, ताकि सर आपकी सिम का ओके ओके। तो मैडम चालू तो हो जाएगी ना जी सर 24 घंटे तक सर, जैसे आपकी SIM एक्टिवेट होते हैं ना सर, उसके बाद सर 24 घंटे जो भी आपकी सुविधाएं हैं सर वो बंद रखी जाती हैं सर SMS की। ठीक है मैडम, ठीक है, यही पूछ रहा था मैडम जी सर, 24 घंटे के बाद सर आपकी सारी सुविधाएं एक्टिवेटेड हो जाएंगी सर। ओके मैडम, थैंक यू जानकारी चाहते हैं सर। नहीं मैडम थैंक यू सो मच, यही पूछना था। मैं हुणी कीता सी दुबारे मैडम नूं फोन,
कस्टमर केयर च ते मैडम कहंदे भी वो 24 घंटे वास्ते जिहड़ी थोड़ी सर्विस है वो बंद कर दित्ती गई है तां कि जिहड़ा तुहाडा सिम सी उहदा कोई मिसयूज ना कर सके। ये बड़ी अच्छी बात कही आप। तो मैंने ऐदा सी मगा कोई होर प्रॉब्लम होगी बट नहीं, वो 24 घंटे बाद चल पाऊगी। ठीक है जी, हूँ आप खा लिए रोटी, फिर थोड़ा मिलते हैं रोटी खाने बाद। हाँ बन रही है रोटी, आ सब्जी गर्म, वो पे अचार दे, लोहड़ी लोहड़ी दे, दे लोहड़ी माए, दे लोहड़ी माए, दे लोहड़ी, चल बसंत दे दे, लोहड़ी नहीं देनी था। बसंत दे लोहड़ी तो देती नहीं, एडवांस नहीं देंदे दे भाई। ना भाई ये गल्लां दी गल्ल है, मैं रोन लग जाना। रोक के दिखा पहला। ना ना एबा रोक के दिखा। ना ना ऐ ही दे दो। ना ऐ नहीं देंदे भाई, रोक के दिखावे उन्हें मिलती है थोड़ी। ते आपा खाली सी रोटी, हुन बन रही सी चाह, ते हुन मैं लैन चलया चीजी। फिर से आ गए रे बाबा, इधर जहर खाने का पैसा नहीं है तू जा रे। सीगा देखो मेरा फेवरेट वेज केक, मैनू बड़ा घेंट लगता है, तुसी भी करे टेस्ट करियो। उससे मेरा क्या फायदा? अब इसको करते हैं अनबॉक्सिंग। पांच रुपए कितना बड़ा केक है, पॉपेट। पांच रुपए में इतना बड़ा केक, पांच रुपए वाले पैकेट में 250 वाला केक डाल रखा है। मजा आया, और मैं ये जो मजा है हिंदुस्तान के हर व्यक्ति को देना चाहता हूँ। ते ट्यूशन वाले जवाक पढ़ा के आप हो गए सी फ्री। ते एक गल होर, ते हुण आपां मनावांगे बसंत। अभी मजा आएगा ना भिड़ो, हुण बसंत दे ब्लॉग भी आणगे। ठीक है जी, ते हुण आपां काइट कलैक्शन भी करांगे, ते बाकी होर देखदे आपां बसंत दे की करना। वैसे तां असीं बसंत दे बहुत वधिया प्रोग्राम करदे हुंदे आ सारे भाई भाई मिल के, ते इस बार देखो की प्रोग्राम बनता। पहला तो साड़ी सलाह है नहीं सी, पर हुण साड़ी सलाह हैगी बसंत मनाउण दी। ते थोनू मैं एक अद्धी वीडियो दिखाऊंगा बसंत दी, विच पाऊंगा वीडियो, ते चैक कर लियो ते असीं बसंत किद्दां मनाने आ। रात को हजे चंदन ने आना, फिर डिसाइड करांगे की करना। हजे पेमेंट इकट्ठी करनी है, पेमेंट इकट्ठा करने तो बाद आप बजट देखांगे भी किन्ना का बजट बनता है, उस हिसाब से फिर आप बसंत की तैयारी करांगे। बसंत तो आप हुन्ने आ गए, हुन्ने आप 13-14 जने, कई बार बद भी जाने, वैसे इन्ने की जने हुन्ने असी। लुधियाने तो भी आते हैं, पटियाले तो भी आते हैं। अरे हाँ भाई हाँ, मैं आया सी कोठे ते, ते देखण दा माहौल भी पतंग पतुंग की चढ़ रहे हैं, पतंग तो कोई चढ़ नहीं रहा इस टाइम, बस एक पतंग चढ़ रहा मोनू का जो कि आ सीगा, होर तो कोई खास है नहीं गा। ते हाँ जी, ते थोड़े लिए एक सरप्राइज होर है कि मैं नवा गेमिंग चैनल शुरू करन जा रहा। ठीक है जी, उस ते अपा पबजी, ते पबजी होगी, ते ट्रक सिमुलेटर जो कि है घट्टो घट्ट 3-4 GB दीमां ने,
ਆਪਾਂ ਉਹ ਪਲੇ ਕਰਿਆ ਕਰਾਂਗੇ ਠੀਕ ਹੈ ਜੀ। ਉਹ ਚੈਨਲ ਦਾ ਮੈਂ ਲਿੰਕ ਤੁਹਾਨੂੰ ਜਲਦੀ ਡਿਸਕ੍ਰਿਪਸ਼ਨ 'ਚ ਦਊਂਗਾ, ਉਹਨੂੰ ਵੀ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ, ਉਹਦੇ ਵੀ ਘੈਂਟ ਘੈਂਟ ਗੇਮਾਂ ਆਇਆ ਕਰਨਗੀਆਂ ਠੀਕ ਹੈ ਜੀ। ਅਤੇ ਆਹ ਸੀ ਆਪਣਾ ਅੱਜ ਦਾ ਵਲੋਗ, ਅੱਜ ਦਾ ਵਲੋਗ ਆਪਾਂ ਕਰਦੇ ਇੱਥੇ ਐਂਡ। ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ।